ਰਾਏਪੁਰ ਮੈਦਾਨ ਪਿੰਡ ਦੇ ਲਾਗੇ ਜੈਟਸਕੀ ਕਹਿੰਦੇ ਆ ਇਸਨੂੰ, ਹੈ ਇਹਨੂੰ ਕਹਿੰਦੇ ਨੇ ਜੈਟਸਕੀ, ਪਰ ਆ ਕਹਿੰਦੇ ਮਿੱਟੀ ਆਵਾਜ਼ਾਂ ਮਾਰਦੀ ਅਤੇ ਇੱਥੇ ਪਾਣੀ ਆਵਾਜ਼ਾਂ ਮਾਰਦਾ ਪਿਆ। ਦੇਖ ਲਓ ਜੀ ਉੱਪਰ ਦਾ ਦ੍ਰਿਸ਼, ਆਪਾਂ ਪਹਿਲਾਂ ਉੱਥੇ ਖੜ੍ਹੇ ਸੀ ਨੀਚੇ, ਹੁਣ ਆਪਾਂ ਉੱਪਰ ਆ ਗਏ। ਵੀ ਚਾਹ ਬੜੇ ਥਾਂ ਪੀ ਲਈ ਹੈ, ਮੋਟਰਾਂ 'ਤੇ ਅਤੇ ਰੈਸਟੋਰੈਂਟ ਦੇ ਵਿੱਚ ਵੀ ਕਿਤੇ ਵੀ, ਇਹ ਹੁਣ ਚਾਹ ਕਿੱਥੇ ਚੱਲ ਰਹੀ ਹੈ। ਆਪਾਂ ਖਾਈ ਮਾੜਾ ਵੀਰ, ਇੱਧਰ ਕਿੱਥੇ ਬੈਠੇ ਹਾਂ ਆਪਾਂ। ਵਾਹ ਜੀ ਵਾਹ। ਦੋਸਤੋ, ਭਾਖੜਾ ਡੈਮ ਜਾਣ ਤੋਂ ਬਾਅਦ ਅਤੇ ਅੱਗੇ ਗੋਬਿੰਦ ਸਾਗਰ ਝੀਲ ਦੇ ਵਿੱਚ ਕਿਸ਼ਤੀਆਂ ਤੋਂ ਬਾਅਦ ਅਸੀਂ ਆਹ ਵੇਖੋ ਹਿਮਾਚਲ ਦੇ ਨਿੱਕੇ ਨਿੱਕੇ ਪਿੰਡ, ਨਿੱਕੇ ਨਿੱਕੇ ਘਰ ਪਹਾੜਾਂ ਦੇ ਵਿੱਚ, ਅਤੇ ਉਹ ਵੇਖੋ ਨਿੱਕੇ ਨਿੱਕੇ ਆਈਲੈਂਡ ਬਣੇ ਨੇ। ਇਹ ਉਹੀ ਗੋਬਿੰਦ ਸਾਗਰ ਝੀਲ ਹੈ ਜਿਹਦਾ ਇੱਧਰਲੇ ਪਾਸੇ ਪਸਾਰਾ ਹੋਇਆ। ਇਹ ਆਪਾਂ ਜਾ ਰਹੇ ਹਾਂ ਰਾਏਪੁਰ ਮੈਦਾਨ, ਇੱਕ ਪਿੰਡ ਹੈ ਅਤੇ ਉੱਥੇ ਜਿਹੜੀ ਜਗ੍ਹਾ ਹੈ ਨਾ ਪਾਣੀ ਦੇ ਵਿੱਚ ਯਾਨੀ ਕਿ ਘਿਰੀ ਹੋਈ ਹੈ, ਅਤੇ ਆਹ ਵੇਖੋ ਰੁੱਖ ਅਤੇ ਆਹ ਰਾਹ ਵੇਖੋ ਕਿੰਨੇ ਸੋਹਣੇ ਨੇ। ਉੱਥੇ ਯਾਨੀ ਕਿ ਸ਼ੂਟਿੰਗ ਵਗੈਰਾ ਹੁੰਦੀ ਹੈ ਫਿਲਮਾਂ ਦੀ, ਪ੍ਰੀ ਵੈਡਿੰਗ ਵਗੈਰਾ, ਅਤੇ ਵੈਸੇ ਵੀ ਉੱਥੇ ਇੰਨੀ ਕੁ ਜ਼ਿਆਦਾ ਰਮਣੀਕ ਅਤੇ ਸ਼ਾਂਤੀ ਵਾਲੀ ਜਗ੍ਹਾ ਹੈ ਨਾ। ਮੈਂ ਕਹਿੰਦਾ ਵੀ ਜੇ ਕੋਈ ਇੱਥੋਂ ਦੇ ਨੇੜੇ ਦਾ ਜੇ ਕਿਸੇ ਜਾਣਾ ਹੋਵੇ ਨਾ, ਪੰਜਾਬ ਦੇ ਲਾਗੇ ਹੀ ਹੈ ਵੈਸੇ, ਚਲੋ ਅਨੰਦਪੁਰ ਸਾਹਿਬ ਆਉਂਦੇ ਹਾਂ, ਵੇਖੋ ਨਜ਼ਾਰਾ। ਅਤੇ ਉੱਥੇ ਬੰਦਾ ਆਪਣੇ ਪਰਿਵਾਰ ਨਾਲ ਫੈਮਿਲੀ ਨਾਲ ਐਨ ਜਾਏ ਅਤੇ ਚਟਾਈ ਵਿਛਾ ਕੇ ਆਪਣਾ, ਅਤੇ ਵਧੀਆ ਮੈਂ ਕਹਿੰਦਾ ਇੰਜੋਏ ਕਰ ਸਕਦਾ। ਆਹ ਵੇਖੋ ਸ਼ੂਟਿੰਗ ਵਾਲੇ ਮਿਲੇ ਸੀ ਸਾਨੂੰ, ਇੱਕ ਪ੍ਰੀ ਵੈਡਿੰਗ ਸ਼ੂਟਿੰਗ ਕਰਦੇ, ਉੱਥੇ ਵੀ ਮਿਲਣਗੇ ਇਹ। ਅਤੇ ਰਸਤੇ ਦੇ ਵਿੱਚ ਇੱਕ ਆਹ ਵੀ ਸੀ ਪੁਰਾਣਾ ਘਰ ਬਣਿਆ ਅੰਗਰੇਜ਼ ਮੂਵੀ ਟਾਈਪ, ਇੱਥੇ ਵੀ ਯਾਨੀ ਕਿ ਸ਼ੂਟਿੰਗ ਹੁੰਦੀ ਹੈ, ਪ੍ਰੀ ਵੈਡਿੰਗ ਹੁੰਦੀ ਹੈ। ਇਹ ਕਿਸੇ ਹੋਟਲ ਦੀ ਪ੍ਰੋਪਰਟੀ ਹੈ, ਅਤੇ ਵੇਖੋ ਇੱਦਾਂ ਦਾ ਘਰ ਹੋਣਾ ਚਾਹੀਦਾ, ਘਰ ਪੱਕਾ ਅਤੇ ਉੱਤੇ ਯਾਨੀ ਕਿ ਮਿੱਟੀ ਦਾ ਲੇਪ ਕੀਤਾ ਹੋਇਆ, ਨਲਕਾ ਨੁਲਕਾ ਖੂਹ ਲੱਗਾ ਹੋਇਆ। ਇਹਦੇ ਵਿੱਚ ਜਾਣ ਦਾ ਯਾਨੀ ਕਿ ਅੱਗੇ 6-7 ਹਜ਼ਾਰ ਰੁਪਏ ਲੈ ਲੈਂਦੇ ਇਹ। ਫਿਰ ਵੀ ਗੱਡੀ ਥੋੜ੍ਹੀ ਆਪਾਂ ਤੇਜ਼ ਕਰ ਦਿੱਤੀ, ਟੇਢੇ ਮੇਢੇ ਰਸਤਿਆਂ ਦੇ ਵਿੱਚੋਂ ਹੁੰਦੇ ਹੋਏ ਆਹ ਆਪਾਂ ਆ ਗਏ ਹਾਂ ਰਾਏਪੁਰ ਮੈਦਾਨ। ਇੱਥੇ ਬਾਰੇ ਮੈਂ ਤੁਹਾਨੂੰ ਦੱਸਦਾ ਮੈਂ ਕੀ ਹਿਸਾਬ ਕਿਤਾਬ ਹੈ। ਲਓ ਜੀ, ਊਨਾ ਡਿਸਟ੍ਰਿਕਟ ਹੈ ਅਤੇ ਰਾਏਪੁਰ ਮੈਦਾਨ ਪਹੁੰਚੇ ਹਾਂ ਆਪਾਂ ਹਿਮਾਚਲ ਪ੍ਰਦੇਸ਼ ਦੇ ਵਿੱਚ। ਤੁਹਾਨੂੰ ਇੱਥੋਂ ਦੀ ਪੂਰੀ ਸੈਰ ਕਰਵਾ ਦਿੰਦੇ ਹਾਂ। ਮੈਂ ਨਾਲ ਦੇ ਨੂੰ ਕਿਹਾ ਬਾਈ ਨੂੰ ਮੋਟਰਸਾਈਕਲ ਰੋਕੀ ਨਾ, ਤੂੰ ਇੱਕ ਵਾਰੀ ਘੁੰਮਾ ਦੇ ਉੱਪਰ ਦੀ। ਆਹ ਇੱਕ ਵੈਨ ਹੈ ਨਿੱਕੀ ਜੀ, ਸ਼ਾਮ ਨੂੰ ਇੱਥੇ ਰੌਣਕ ਲੱਗ ਜਾਂਦੀ ਹੈ, ਫੂਡ ਵੈਨ ਹੈ, ਫਾਸਟ ਫੂਡ ਵਾਲੀ। ਅਤੇ ਆਹ ਵੇਖੋ ਸਭ ਤੋਂ ਪਿਆਰੀ ਚੀਜ਼ ਜੀ, ਅਤੇ ਆਹ ਆ ਸਾਰੇ ਪਿੰਡ ਦੀਆਂ ਮੱਝਾਂ ਇੱਥੇ ਇਕੱਠੀਆਂ ਚਰਦੀਆਂ ਨੇ, ਅਤੇ ਮੈਂ ਕਹਿੰਦਾ ਇੰਨੀਆਂ ਵਧੀਆ ਯਾਨੀ ਕਿ ਨਸਲ ਦੀਆਂ ਮੱਝਾਂ, ਅਤੇ ਮਤਲਬ ਝੀਲ ਦਾ ਪਾਣੀ ਪੀਂਦੀਆਂ ਨੇ ਮੱਝਾਂ, ਦੇ ਨਾਲ ਐਡਾ ਸੋਹਣਾ ਘਾਹ ਚਰਦੀਆਂ ਨੇ, ਛੱਪੜਾਂ ਦਾ ਨਹੀਂ, ਬਹੁਤ ਫਰਕ ਪੈਂਦਾ। ਅਤੇ ਆਹ ਸਾਰਾ ਪਰਲੇ ਪਾਸੇ ਵੇਖੋ ਸ਼ਿਵਾਲਿਕ ਦੀਆਂ ਪਹਾੜੀਆਂ, ਈਵਨ ਕਿ ਬੋਟਿੰਗ ਵੀ ਹੁੰਦੀ ਹੈ ਇੱਥੇ। ਅੱਗੇ ਤੁਹਾਨੂੰ ਦਿਖਾਵਾਂਗੇ ਉਹ ਸਕੂਟਰ ਜਿਹਾ ਅਤੇ ਇੱਕ ਕਰੂਜ਼ ਵਾਲੀ ਜਿਹੜੀ ਉਹ ਸਪੀਡ ਬੋਟ ਹੁੰਦੀ ਹੈ। ਕੁਦਰਤ ਦਾ ਵੇਖੋ ਨਜ਼ਾਰਾ, ਬਸ ਆਹੀ ਚੀਜ਼ ਹੈ ਇੱਥੇ। ਕੋਈ ਨਾ ਤਾਂ ਉੱਚੀਆਂ ਉੱਚੀਆਂ ਇਮਾਰਤਾਂ ਨੇ, ਨਾ ਹੀ ਸ਼ੀਸ਼ਿਆਂ ਦੇ ਕੋਈ ਮਹਿਲ ਨੇ, ਇਹ ਕੁਦਰਤ ਦੀ ਮਤਲਬ ਇੱਕ ਤਰ੍ਹਾਂ ਦੀ ਕਹਿ ਲਓ ਕਿ ਜਾਗਦੀ ਪੇਂਟਿੰਗ ਹੈ ਇੱਕ ਤਰ੍ਹਾਂ ਦੀ, ਆਪਾਂ ਸੀਨਰੀ ਦੇ ਵਿੱਚ ਵੜ ਗਏ ਹੁੰਦੇ ਹਾਂ ਜਿੱਦਾਂ। ਅਤੇ ਆਹ ਸਾਰਾ ਵੇਖੋ ਨਜ਼ਾਰਾ ਆ ਰਿਹਾ, ਇੱਥੇ ਯਾਨੀ ਕਿ ਸ਼ਿਵ ਜੀ ਦਾ ਬਹੁਤ ਵੱਡਾ ਮੰਦਿਰ ਹੈ। ਅਤੇ ਉੱਪਰ ਵੀ ਤੁਹਾਨੂੰ ਇੱਕ ਵਾਰੀ ਘੁੰਮਾ ਕੇ ਦਿਖਾਉਂਦੇ ਹਾਂ, ਹੌਲੀ ਹੌਲੀ ਸਾਰਾ ਦਿਖਾਵਾਂਗੇ ਤੁਹਾਨੂੰ। ਆ ਜਾ ਤੂੰ, ਆ ਜਾ। ਹੈ ਵੇਖੀ ਕਿੱਧਰ ਚੱਲੀਏ, ਰੁਕਿਆ ਹੀ ਨਹੀਂ ਹੋਏ। ਭੈਣ ਵੇਖੋ ਇੱਥੇ ਆ ਕੇ ਪਾਣੀ ਦੇ ਕੰਢੇ, ਪੰਜਾਬ ਹੀ ਨਹੀਂ ਮਾਣ ਇਕੱਲਾ ਹੀ, ਅਤੇ ਫਿਰ ਵੀ ਗੁਆਂਢੀ ਸੂਬਾ ਆ ਗਿਆ ਨਾ। ਲੈ ਵੀ ਆ ਜਾਓ ਫਿਰ ਧੁੰਦ ਰਿਹਾ। ਆ ਯਾਨੀ ਕਿ ਦੂਜੀ ਵਾਰ ਐਂਟਰ ਹੋ ਗਏ ਹਾਂ ਆਪਾਂ ਗੋਬਿੰਦ ਸਾਗਰ ਝੀਲ ਦੇ ਵਿੱਚ, ਅਤੇ ਆ ਇੱਥੇ ਵੀਰ ਮੇਰੇ ਬੈਠੇ ਨੇ। ਸਤਿ ਸ਼੍ਰੀ ਅਕਾਲ ਜੀ। ਇਹ ਹੈਗੀ ਹੈ ਸਪੀਡ ਬੋਟ, ਅਤੇ ਆਹ ਵੀ ਸਪੀਡ ਬਾਈਕ ਕਹਿ ਦਈਏ। ਵਾਹ ਜੀ ਵਾਹ। ਹੈ ਜੈਟਸਕੀ ਕਹਿੰਦੇ ਆ ਇਸਨੂੰ, ਹੈ ਇਹਨੂੰ ਕਹਿੰਦੇ ਨੇ ਜੈਟਸਕੀ, ਪਰ ਆ ਕਹਿੰਦੇ ਮਿੱਟੀ ਆਵਾਜ਼ਾਂ ਮਾਰਦੀ ਅਤੇ ਇੱਥੇ ਪਾਣੀ ਆਵਾਜ਼ਾਂ ਮਾਰਦਾ ਪਿਆ। ਜੇ ਕਿਤੇ ਮੈਨੂੰ ਭਾ ਦਿੰਦਾ ਇਹਦੇ 'ਤੇ ਅਤੇ ਨਜ਼ਾਰਾ ਆ ਜੇ ਇਹਨਾਂ ਦਾ। ਦੱਸਿਓ ਵੀਰ ਜੀ ਕੀ ਹਿਸਾਬ ਕਿਤਾਬ ਹੈ। ਇਹਦੇ 'ਤੇ ਇੱਕ ਬੰਦੇ ਦਾ 1000 ਰੁਪਈਆ ਹੈ ਨਾ,
ਤੇ ਬੰਦਾ ਕੱਲਾ ਜਾ ਸਕਦਾ ਕਿ ਨਾਲ ਜਾਓਗੇ? ਚਲਾਣੇ ਕੋ ਦੇ ਦੋਗੇ ਲੇਕਿਨ ਓਪਰੇਟਰ ਸਾਥ ਜਾਏਗਾ ਹੈ, ਤੇ ਇਹਦੇ ਤੇ 200 ਰੁਪਇਆ ਪਰ ਪਰਸਨ ਹੈ। ਇਹ ਚੱਕਰ ਹੈ ਪੂਰਾ ਗੇੜਾ ਵਿੱਚ, ਯਾਨੀ ਕਿ ਕਿੰਨਾ ਟਾਈਮ ਰਹਿੰਦੇ ਪਾਣੀ 'ਚ? 10 ਮਿੰਟ ਤੱਕ, ਯਾਨੀ ਕਿ ਪਾਣੀ 'ਚ ਤੁਸੀਂ ਜ਼ਿਆਦਾ ਕਮਾ ਦੋਗੇ। ਇਹਦਾ ਪੂਰਾ ਇੱਕ ਰਾਊਂਡ ਇੱਦਾਂ ਲਾ ਕੇ, 3 ਮਿੰਟ ਦਾ ਰਾਊਂਡ ਹੈ। ਅਤੇ ਇੱਧਰ ਵੇਖੋ, ਇਹ ਚਲੋ ਚੰਗੀ ਗੱਲ ਆ ਕਿ ਉੱਥੇ ਨਹੀਂ ਸੀ ਹੈਗਾ ਇਹ ਕੰਮ, ਲਾਈਫ ਜੈਕਟਸ ਕਹਿ ਦਈਏ ਇਹਨਾਂ ਨੂੰ ਆਪਾਂ। ਇਹ ਇਹਨਾਂ ਨੇ ਵੀਰਾਂ ਨੇ ਪੂਰਾ ਟਰੰਕ ਭਰ ਕੇ ਰੱਖਿਆ, ਲਾਈਫ ਬੋਟ ਜੈਕਟਸ ਕੀ ਕਹਿੰਦੇ ਨੇ ਯਾਰ, ਮੈਨੂੰ ਨਾਮ ਨਹੀਂ ਆ ਰਿਹਾ ਇਹਨਾਂ ਦਾ, ਇਹੀ ਕਹਿੰਦੇ ਉਹਨਾਂ ਨੇ। ਸੋ ਇਹ ਕਿਸ਼ਤੀ ਇੱਧਰ ਵੀ ਹੈਗੀ ਹੈ। ਸੋ ਇਹ ਥੋੜ੍ਹਾ ਜਿਹਾ ਲੱਗਾ ਅਤੇ ਕੋਸਟਲੀ ਹੈ, ਪਰ ਦੇਖਦੇ ਹਾਂ ਜਿਵੇਂ ਸਬੱਬ ਬਣ ਜਾਂਦਾ ਆਪਣਾ, ਅਤੇ ਪਾਣੀ ਦੇ ਵਿੱਚੋਂ ਗੇੜਾ ਦੇ ਦਿਆਂਗੇ। ਹਾਂ ਵੀ ਰੂਪਮ, ਕਿਵੇਂ ਕਰਨਾ ਫਿਰ? ਜੈਕਟ ਆਪ ਡਿੱਗਦੀ ਫਿਰਦੀ, ਕਹਿੰਦੀ ਆਪ ਪਾ ਲਿਆ ਮੈਨੂੰ, ਬਹੁਤ ਸੋਹਣਾ ਲੱਗ ਰਿਹਾ ਦੇਖੋ, ਹੈ ਨਾ। ਮੁੰਡਿਆਂ ਨੇ ਹੁਣ ਇੱਕ ਹੋਰ ਖੁਸ਼ਖਬਰੀ ਦੇ ਦਿੱਤੀ ਹੈ, ਆ ਜਿਹੜੀਆਂ ਤੁਹਾਨੂੰ ਮੈਂ ਮੱਝਾਂ ਵਿਖਾਈਆਂ ਸੀ ਉੱਧਰ ਵੀ, ਉਹ ਪੁਆਇੰਟ ਮੈਨੂੰ ਬੜਾ ਵਧੀਆ ਲੱਗਦਾ, ਅਤੇ ਮੈਂ ਕਿਹਾ ਹੁਣ ਆਪਾਂ ਵਾਪਸ ਚੱਲੇ। ਕਹਿੰਦੇ ਨਹੀਂ ਜੀ, ਹੁਣ ਉੱਥੇ ਜਾ ਕੇ ਆਪਾਂ ਬਹਿਣਾ, ਅਤੇ ਚਲੋ ਹੁਣ ਉੱਥੇ ਚੱਲ ਕੇ ਤੁਹਾਨੂੰ ਵਿਖਾਉਂਦੇ ਹਾਂ, ਨਾਲੇ ਚਾਹ ਦਾ ਕੱਪ ਪੀਂਦੇ ਹਾਂ। ਸੋ ਇਹ ਮੇਰੀ ਪਸੰਦੀਦੀ ਇੱਕ ਚੀਜ਼ ਐਡ ਹੋ ਗਈ ਹੈ, ਮੈਂ ਚਾਹ ਅਸੀਂ ਲੈ ਲਈਏ ਜੇ ਥਰਮਸ 'ਚ। ਉਹ ਬੱਲੇ ਉਹ ਬਰੋਟਿਆ, ਲੈ ਇੰਨਾ ਮੱਝਾਂ ਦੀ ਵੀ ਗੱਲ ਕਰਦੇ ਹਾਂ, ਆ ਗਏ ਹਾਂ ਤੁਹਾਡੇ ਕੋਲ। ਉਹ ਇੱਥੇ ਤੁਸੀਂ ਵੇਖ ਰਹੇ ਹੋ ਭਾਈ, ਪ੍ਰੀ ਵੈਡਿੰਗ ਸ਼ੂਟ ਹੋ ਰਹੀ ਹੈ। ਆਹੋ ਇੱਕ ਥੋੜ੍ਹਾ ਇੱਥੇ ਦੇ ਆ ਜਾਂਦੇ ਨਾ ਗਲਾਸ 'ਤੇ, ਚੰਗੀ ਗੱਲ ਸੀ। ਵੀ ਚਾਹ ਬੜੇ ਥਾਂ ਪੀ ਲਈ ਹੈ, ਮੋਟਰਾਂ 'ਤੇ ਅਤੇ ਰੈਸਟੋਰੈਂਟ ਦੇ ਵਿੱਚ ਵੀ, ਕਿਤੇ ਵੀ। ਇਹ ਹੁਣ ਚਾਹ ਕਿੱਥੇ ਚੱਲ ਰਹੀ ਹੈ, ਨਾਲ ਬਿਸਕੁਟ ਚੱਲ ਰਹੇ ਨੇ। ਉਹ ਖਾਈ ਮੜਾ ਵੀਰ, ਇੱਧਰ ਕਿੱਥੇ ਬੈਠੇ ਹਾਂ ਆਪਾਂ? ਵਾਹ ਜੀ ਵਾਹ, ਬਸ ਬਹੁਤ ਹੈ।